वाहिगुरु जी का खालसा वाहिगुरु जी की फतेह। अज असी राजस्थान दे इस इलाके विच पहुंचे हाँ जिसका नाम है गैगराउन। गैगराउन किला भगत पीपा जी नाल संबंध रखता है, जो 600 साल इथों दे पहला राजे रहे ने और उन्हां दी बाणी धन श्री गुरु ग्रंथ साहिब विच दर्ज है। भगत पीपा जी का पूरा नाम प्रताप राव करके इतिहास विच आउंदा है कि उन्होंने इस स्थान दे उपर इस किले दे उपर राज कीता। ये किला 12वीं शताब्दी दे विच 12वीं ईस्वी दे अंदर बनाया गया। समय दर समय वख वख राजे इस ते राज करदे रहे, जिस दे विच खिंची राजदूतां दे विचों भगत पीपा जी ने भी इस स्थान ते राज कीता। ਤੇ ਉਹਨਾਂ ਦੀ ਅਗਲੇ ਸਾਲ ਦੇ ਵਿੱਚ 600 ਸਾਲਾ ਜਨਮ ਸ਼ਤਾਬਦੀ ਵੀ ਆ ਰਹੀ ਹੈ, ਜੋ ਬੜੇ ਉਤਸ਼ਾਹ ਅਤੇ ਉਮਾਦ ਦੇ ਨਾਲ ਸਿੱਖ ਸੰਗਤਾਂ ਵੱਲੋਂ ਮਨਾਈ ਜਾਵੇਗੀ। ਭਗਤ ਪੀਪਾ ਜੀ ਦਾ ਜਦੋਂ ਅਸੀਂ ਬਾਣੀ ਵਿੱਚ ਸ਼ਬਦ ਪੜ੍ਹਦੇ ਹਾਂ ਤੇ ਸਾਨੂੰ ਉਸ ਮਹਾਨ ਆਤਮਾ ਨੂੰ ਨਮਸਕਾਰ ਕਰਨ ਨੂੰ ਜੀ ਕਰਦਾ ਹੈ। ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ ਕਾਇਓ ਧੂਪ ਦੀਪ ਨਹੀਂ ਵੇਦਾ ਕਾਇਓ ਪੂਜੋ ਪਾਤੀ ਕਾਇਆ ਬਾਖੰਡ ਖੋਜਤੇ ਨਮ ਨਿਧ ਪਾਈ ਨਾ ਕਛਾਇਬੋ ਨਾ ਕਛਾਇਬੋ ਰਾਮ ਕੀ ਦੁਹਾਈ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੈ ਪੀਪਾ ਪਰਨਮੈ ਪਰਮ ਤਤ ਹੈ ਸਤਿਗੁਰੂ ਹੋਈ ਲਿਖਾਵੈ। ਪੀਪਾ ਜੀ ਨੇ ਇਹ ਗੱਲ ਸਾਨੂੰ ਸਮਝਾਈ ਕਿ ਜੋ ਪਰਮਾਤਮਾ ਬ੍ਰਹਿਮੰਡ ਵਿੱਚ ਵਿਆਪਕ ਹੈ ਉਹੀ ਸਾਡੇ ਸਰੀਰ ਦੇ ਵਿੱਚ ਵਿਆਪਕ ਹੈ, ਜਿਹਨੂੰ ਬਾਣੀ ਕਹਿੰਦੀ ਕਿ ਸਭੇ ਘੱਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾਂ ਕੋ ਬੋਲੇ ਰੇ। ਤੂੰ ਇਸ ਕਿਲੇ ਵਿੱਚ ਆ ਕੇ ਪੁਰਾਤਨ ਚੀਜ਼ਾਂ ਦੇ ਦਰਸ਼ਨ ਕਰਕੇ ਮਨ ਨੂੰ ਖੁਸ਼ੀ ਹੋਈ ਅਤੇ ਭਗਤ ਪੀਪਾ ਜੀ ਉਹਨਾਂ ਨੂੰ ਨਮਸਕਾਰ ਹੈ ਜਿਨ੍ਹਾਂ ਦੀ ਬਾਣੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ। ਅੱਜ ਮੇਰੇ ਨਾਲ ਵੀਰ ਬਲਜੀਤ ਸਿੰਘ ਜੀ ਕੋਟਾਂ ਤੋਂ ਆਏ ਨੇ, ਨਾਲ ਵੀਰ ਹਰਮੀਤ ਸਿੰਘ ਜੀ। ਇਹਨਾਂ ਸਾਰੇ ਵੀਰਾਂ ਦਾ ਮੈਂ ਧੰਨਵਾਦ ਕਰਦਾ ਹਾਂ, ਉਹਨਾਂ ਨੇ ਇਸ ਕਿਲੇ ਦੇ ਦਰਸ਼ਨ ਦੀਦਾਰ ਕਰਵਾਏ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।